ਸੁਰਜੀਤ ਬਿੰਦ ਰੱਖਿਆ। ਭਾਵੇਂ ਉਹ ਸਾਡੇ ਵਿੱਚ ਅੱਜ ਨਹੀਂ ਰਹੇ, ਪਰ ਉਹਨਾਂ ਦੀ ਬੁਲੰਦ ਆਵਾਜ਼ ਅੱਜ ਵੀ ਸਾਡੇ ਦਿਲਾਂ ਵਿੱਚ ਵੱਸਦੀ ਹੈ। ਉਹਨਾਂ ਦੀ ਲੰਬੀ ਹੇਕ ਅੱਗੇ ਅੱਜ ਕੱਲ੍ਹ ਦੇ ਸਿੰਗਰ ਵੀ ਫਿੱਕੇ ਪੈ ਜਾਂਦੇ ਹਨ। 15 ਅਪ੍ਰੈਲ 1962 ਵਿੱਚ ਮਾਤਾ ਗੁਰਚਰਨ ਕੌਰ ਜੀ ਦੀ ਕੁੱਖੋਂ ਸਰਦਾਰ ਸੁੱਚਾ ਸਿੰਘ ਦਾ ਘਰ ਹੋਇਆ। ਇਹਨਾਂ ਦੇ ਪਿਤਾ ਜੀ ਪਿੰਡ ਦੇ ਮਸ਼ਹੂਰ ਪਹਿਲਵਾਨ ਸਨ ਅਤੇ ਉਹ ਇਹੀ ਚਾਹੁੰਦੇ ਸਨ ਕਿ ਉਹਨਾਂ ਦਾ ਪੁੱਤਰ ਵੀ ਮੇਰੇ ਵਾਂਗੂ ਪਹਿਲਵਾਨ ਬਣੇ, ਪਰ ਸੁਰਜੀਤ ਬਿੰਦ ਰੱਖੀਏ ਦਾ ਰੁਝਾਨ ਗਾਇਕੀ ਵੱਲ ਸੀ। ਇਹਨਾਂ ਨੇ ਆਪਣੇ ਗੁਰੂ ਅਤੁਲ ਸ਼ਰਮਾ ਤੋਂ ਗਾਇਕੀ ਦੇ ਗੁਣ ਸਿੱਖਦੇ ਹੋਏ ਕਾਲਜ ਦੀ ਭੰਗੜਾ ਟੀਮ ਵਿੱਚ ਬੋਲੀਆਂ ਗਾ ਕੇ ਆਪਣਾ ਸਫ਼ਰ ਸ਼ੁਰੂ ਕੀਤਾ। ਸੁਰਜੀਤ ਬਿੰਦ ਰੱਖਿਆ ਨੇ ਐਜ਼ ਅ ਜੂਨੀਅਰ ਆਰਟਿਸਟ ਪੰਜਾਬੀ ਫਿਲਮਾਂ ਵਿੱਚ ਵੀ ਕੰਮ ਕੀਤਾ। ਫਿਰ ਇਸ ਤੋਂ ਬਾਅਦ ਸ਼ਮਸ਼ੇਰ ਸੰਧੂ ਜੀ ਨੇ ਇਹਨਾਂ ਦੇ ਹੁਨਰ ਅਤੇ ਕਲਾ ਨੂੰ ਪਹਿਚਾਨਿਆ ਅਤੇ ਉਸ ਤੋਂ ਬਾਅਦ ਬਿੰਦ ਰੱਖਿਆ ਨੇ ਸ਼ਮਸ਼ੇਰ ਸੰਧੂ ਦੇ ਲਿਖੇ ਹੋਏ ਗੀਤ ਗਾਏ, ਜਿਵੇਂ ਕਿ ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ। ਦੁਪੱਟਾ ਤੇਰਾ ਸੱਤ ਰੰਗ ਦਾ, ਜੱਟ ਦੀ ਪਸੰਦ, ਅਤੇ ਕਈ ਹੋਰ ਸੁਪਰ ਹਿੱਟ ਗੀਤ ਸਰੋਤਿਆਂ ਦੀ ਝੋਲੀ ਪਾਏ, ਜੋ ਕਿ ਅੱਜ ਵੀ ਡੀਜੇ ਤੇ ਪਹਿਲਾਂ ਵਾਂਗ ਹੀ ਚੱਲਦੇ ਹਨ। ਸੁਰਜੀਤ ਬਿੰਦ ਰੱਖਿਆ ਦੀਆਂ ਕੁੱਲ 32 ਕੈਸਟਾਂ ਆਈਆਂ ਅਤੇ ਫਿਲਮਾਂ ਵਿੱਚ ਵੀ ਉਹਨਾਂ ਨੇ ਆਪਣੇ ਅਦਾਕਾਰੀ ਦੇ ਜ਼ੋਹਰ ਵਿਖਾਏ, ਜਿਸ ਨੂੰ ਕਿ ਸਰੋਤਿਆਂ ਨੇ ਬਹੁਤ ਪਸੰਦ ਕੀਤਾ। ਸੁਰਜੀਤ ਬਿੰਦ ਰੱਖਿਆ ਦਾ ਵਿਆਹ ਕਮਲਪ੍ਰੀਤ ਜੀ ਨਾਲ ਹੋਇਆ ਅਤੇ ਇਹਨਾਂ ਦੇ 2 ਬੱਚੇ ਹੋਏ, ਗੀਤਾਸ ਬਿੰਦ ਰੱਖਿਆ ਅਤੇ ਮਿਨਾਸ ਬਿੰਦ ਰੱਖਿਆ। ਗੀਤਾਸ ਬਿੰਦ ਰੱਖਿਆ ਨੇ ਵੀ ਸਿੰਗਰ ਬਣ ਕੇ ਆਪਣੇ ਫਾਦਰ ਦਾ ਨਾਂ ਰੋਸ਼ਨ ਕੀਤਾ ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਕਾਫੀ ਹਿੱਟ ਗਾਣੇ ਪਾਏ। ਸੁਰਜੀਤ ਬਿੰਦ ਰੱਖਿਆ ਦਾ ਆਖਰੀ ਗਾਣਾ ਮੈਂ ਕੱਲ੍ਹ ਤੱਕ ਨਹੀਂ ਰਹਿਣਾ, ਇਹ ਉਹ ਗਾਣਾ ਸੀ ਜੋ ਪਹਿਲਾਂ ਹੀ ਸੰਕੇਤ ਦੇ ਗਿਆ ਸੀ ਕਿ ਮੈਂ ਕੱਲ੍ਹ ਤੱਕ ਨਹੀਂ ਰਹਿਣਾ। ਆਖਿਰ 17 ਨਵੰਬਰ 2003 ਵਿੱਚ ਹਾਰਟ ਅਟੈਕ ਆਉਣ ਕਾਰਨ ਸਾਨੂੰ ਸਾਰਿਆਂ ਨੂੰ ਹਮੇਸ਼ਾ ਲਈ ਅਲਵਿਦਾ ਕਹਿ ਗਏ। ਇਸ ਲੈਜੈਂਡ ਸਿੰਗਰ ਦੀ ਘਾਟ ਇਸ ਪੰਜਾਬੀ ਇੰਡਸਟਰੀ ਵਿੱਚ ਕਦੇ ਵੀ ਪੂਰੀ ਨਹੀਂ ਹੋ ਸਕਦੀ। ਪਲੀਜ਼ ਚੈਨਲ ਨੂੰ ਸਬਸਕ੍ਰਾਈਬ, ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਹੋਰ ਵੀ ਲੇਟੈਸਟ ਅਪਡੇਟਸ ਲਈ ਤੁਸੀਂ ਦੇਖਦੇ ਰਹੋ ਰੁਤਬਾ ਪੰਜਾਬ ਦਾ।